ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਪਿੰਡ ਪਹੁੰਚੇ ਹਾਂ ਕਿ ਦੁੱਗਾਂ ਜੋ ਕਿ ਲੌਂਗੋਵਾਲ ਦੇ ਕੋਲ ਪੈਂਦਾ ਗਾ ਇਹ ਕਿਸਾਨ ਵੀਰ ਦੇ ਕੋਲ ਦੋਸਤੋ ਲਗਭਗ ਹਰ ਪ੍ਰਕਾਰ ਦੀ ਜਿਹੜੀ ਪਨੀਰੀ ਆ ਜਿਵੇਂ ਆਪਾਂ ਪੌਦ ਵੀ ਕਹਿ ਦਿੰਦੇ ਹਾਂ ਉਹਨੂੰ ਹਰ ਪ੍ਰਕਾਰ ਦੀ ਮਿਲਦੀ ਹੈ ਜਿਵੇਂ 1509 ਹੋ ਗਈ 120 ਹਰ ਪ੍ਰਕਾਰ ਦੀ ਮਿਲਦੀ ਹੈ ਦੋਸਤ ਇਹਨਾਂ ਕੋਲ ਅਤੇ ਤੁਸੀਂ ਲੈ ਸਕਦੇ ਹੋ ਇੱਧਰ ਬਾਈ ਹੋਣੇ ਦੇਖ ਸਕਦੇ ਹੋ ਤੁਸੀਂ ਪਨੀਰੀ ਆ ਜਿਹੜੀ ਪੱਟ ਰਹੇ ਨੇ ਇੱਧਰ ਦੇਖ ਸਕਦੇ ਹੋ ਬੈਕ ਸਾਈਡ ਦੇ ਉੱਤੇ ਸਾਰੀ ਫੱਕ ਆ ਜਿਹੜੀ ਉਹ ਖੜੀ ਹੈਗੀ ਹਾਂਜੀ ਦੋਸਤੋ ਹੁਣ ਆਪਾਂ ਕਰਦੇ ਹਾਂਗੇ ਇਹ ਕਿਸਾਨ ਵੀਰ ਦੇ ਨਾਲ ਗੱਲਬਾਤ ਵੀ ਕੀ ਗੱਲਬਾਤ ਆ ਅਤੇ ਕਿਹੜੀ ਕਿਹੜੀ ਕਿਸਮ ਦੀ ਪਨੀਰੀ ਆ ਜਿਹੜੀ ਇਹਦੇ ਕੋਲ ਬੀਜੀ ਵੀ ਆ ਚਲੋ ਦੋਸਤੋ ਕਰਦੇ ਹਾਂ ਗੱਲ ਇਹਨਾਂ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਰੀਕ ਸਿੰਘ ਅੱਜ ਦੀ ਇਸ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਕਰਦਾ ਸੋ ਅੱਜ ਦੀ ਵੀਡੀਓ ਆਪਾਂ ਕਿਸਾਨ ਵੀਰਾਂ ਲਈ ਬਣਾ ਰਹੇ ਹਾਂ ਪੌਦ ਦੀ ਜੇ ਕਿਸੇ ਨੂੰ ਪਨੀਰੀ ਦੀ ਲੋੜ ਹੈ ਤਾਂ ਤੁਹਾਡੇ ਨਾਲ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਜਿਹੜੇ ਕਿਸਾਨ ਵੀਰ ਨੇ ਉਹਨਾਂ ਨਾਲ ਮਿਲਾਵਾਂਗੇ ਜਿਹੜੇ ਕਿ ਪੌਦ ਤਿਆਰ ਕਰਕੇ ਵੇਚਦੇ ਨੇਗੇ ਸੋ ਕਿਹੜੀ ਕਿਹੜੀ ਪੌਦਾ ਹੈ ਜਿਹੜੀ ਤੁਹਾਨੂੰ ਮਿਲੇਗੀ ਖੜਾਂਗਾ ਪਿੰਡ ਦੁੱਗਾਂ ਦੇ ਵਿੱਚ ਲੌਂਗੋਵਾਲ ਰੋਡ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੋ ਇਹਨਾਂ ਦੇ ਆਪਾਂ ਤੁਹਾਨੂੰ ਬਕਾਇਦਾ ਇੱਕ ਇੱਕ ਦੇ ਕੰਟੈਕਟ ਨੰਬਰ ਦੇਵਾਂਗੇ ਸੋ ਵੀਰ ਨਾਲ ਗੱਲਬਾਤ ਕਰਦੇ ਹਾਂ ਆਪਾਂ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਕਰਮਦੀਪ ਵੀਰੇ ਕਿਹੜੀ ਕਿਹੜੀ ਪਨੀਰੀ ਆ ਜਿਹੜੀ ਤਿਆਰ ਕਰਦੇ ਹੋ ਵੀਰੇ ਆਪਣੇ ਕੋਲ 126 ਆ ਅਤੇ 1509 ਠੀਕ ਹੈ 11-21 ਸੀ ਉਹ ਤਕਰੀਬਨ ਉਹ ਬੁੱਕ ਹੋ ਗਈ ਪਹਿਲਾਂ ਬਾਈ ਨੇ ਵੀਡੀਓ ਪਾਈ ਸੀ ਉਹਦੇ ਵਿੱਚ ਮਤਲਬ ਉਹ ਵੀਡੀਓ ਨਾਲ ਸਾਰੀ ਜਿਹੜੀ ਪੌਦ ਇਹਨਾਂ ਦੀ ਬੁੱਕ ਹੋ ਗਈ ਹੈ ਨਾ ਠੀਕ ਹੈ ਬਾਈ ਕੋਈ ਰੇਟ ਵਗੈਰਾ ਕੀ ਹੁੰਦਾ ਗਾ ਰੇਟ ਵੀਰੇ ਰੇਟ ਤਾਂ ਕੋਈ ਹੈ ਨਾ ਵੀ ਆਪਾਂ ਫੋਨ 'ਤੇ ਕਰ ਲੈਂਦੇ ਹੈਗੇ ਅਗਲਾ ਨੰਬਰ ਦੇ ਦਾਂਗੇ ਆਪਾਂ ਠੀਕ ਹੈ ਫੋਨ ਕਰ ਲਿਆ ਆਪਾਂ ਨੂੰ ਉਹਦੇ 'ਤੇ ਆਪਾਂ ਰੇਟ ਕਰ ਲਾਂਗੇ ਠੀਕ ਹੈ ਟਾਈਮ ਜਾਣ ਤੱਕ ਕੋਈ ਨਹੀਂ ਠੀਕ ਹੈ ਕਿੰਨੀ ਕਿੰਨੀ ਉਮਰ ਦੀ ਹੈ ਬਹੁਤ ਤੁਹਾਡੇ ਕੋਲ ਹੁਣ ਇਸ ਟਾਈਮ ਬਹੁਤ ਤੁਹਾਡੇ ਕੋਲ ਮੇਰੇ ਕੋਲ ਵੀਰੇ ਤਿਆਰ ਹੀ ਆ ਸਾਡੇ ਕੋਲ ਇਹਦੇ ਕੋਲ ਵੀ ਤਿਆਰ ਆ ਬਾਈ ਵਾਢਾ ਲੱਗਿਆ ਹੋਇਆਗਾ ਇੱਕ ਦੋ ਦਿਨਾਂ ਦੀ ਵਾਢਾ ਲੱਗਿਆ ਹੈਗਾ ਠੀਕ ਹੈ ਤੇ ਤਿਆਰ ਆ ਗਈ ਤੇ 24 ਦਿਨਾਂ ਦੀ ਬਹੁਤ ਹੈ ਵੀਰੇ 24 ਤੇ 20 ਕੰਟੈਕਟ ਨੰਬਰ ਤੁਹਾਡਾ ਕੰਟੈਕਟ ਨੰਬਰ ਵੀਰੇ ਮੇਰਾ 7884805801 ਠੀਕ ਹੈ 7884-08501 ਸੋ ਕਿਸਾਨ ਵੀਰੋ ਤੁਹਾਨੂੰ ਜ਼ਿਆਦਾ ਜਾਣੀ ਕਿ ਭੱਜ ਦੌੜ ਕਰਨ ਦੀ ਲੋੜ ਨਹੀਂ ਹੈਗੀ ਜਦੋਂ ਅਸੀਂ ਲੌਂਗੋਵਾਲ ਰੋਡ ਤੇ ਚੜ੍ਹ ਕੇ ਦੁੱਗਾਂ ਕੰਨੀ ਹੋ ਤਾਂ ਰੋਡ ਦੇ ਉੱਪਰ ਹੀ ਨੇ ਜਿਹੜੇ ਸਾਰੇ ਕਿਸਾਨ ਬਹੁਤ ਤਿਆਰ ਕਰਦੇ ਨੇਗੇ ਇਹ ਪਹਿਲਾ ਕਿਸਾਨ ਸੀਗਾ ਸੋ ਦੂਜਾ ਕਿਸਾਨ ਆ ਜਿਹੜਾ ਉਹਦੇ ਨਾਲ ਤੁਹਾਨੂੰ ਮਿਲਾਉਣੇ ਆਗੇ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਅਕਾਲ ਸਿੰਘ ਤੁਹਾਡੇ ਕੋਲ ਕਿਹੜੀ ਕਿਹੜੀ ਪਨੀਰੀ ਹੈ ਜਿਹੜੀ ਤਿਆਰ ਹੈ 126 ਆ ਵੀਰੇ 1509 1509 ਠੀਕ ਹੈ ਕਿੰਨੇ ਦਿਨਾਂ ਦੀ ਹੈ ਇਹ 24 ਦਿਨਾਂ ਦੀ ਹੈ ਵੀਰੇ 126 ਅਤੇ 20 ਦਿਨਾਂ ਦੀ ਆਪਣੇ 1509 ਠੀਕ ਹੈ ਜੀ ਰੇਟ ਰੇਟ ਜੀ ਫੋਨ 'ਤੇ ਕਰ ਲਾਂਗੇ ਫੋਨ 'ਤੇ ਅਤੇ ਕੰਟੈਕਟ ਨੰਬਰ 9768 ਜੀ 2768 ਠੀਕ ਹੈ ਸੋ ਪਨੀਰੀ ਮਤਲਬ ਪੂਰੀ ਘੈਂਟ ਹੀ ਆ ਤਾਂ ਹੁਣ ਇੱਕ ਨੰਬਰ ਆ ਵੀਰੇ ਕੋਈ ਰੇਹ ਸਪਰੇ ਕਿੰਨਾ ਕੁ ਪਾਇਆ ਤੇ ਇੱਕ ਸਿੱਟਾ ਲੱਗਿਆ ਹਰੇ ਦਾ ਠੀਕ ਹੈ ਦਵਾਈ ਵਗੈਰਾ ਕੋਈ ਗੁੱਲੀ ਵਾਲੀ ਕੋਈ ਹੋਰ ਵਾਲੀ ਪਹਿਲਾਂ ਪਾਈ ਹੋਈ ਹੈ ਬੀਜਣ ਤੋਂ ਪਹਿਲਾਂ ਟਾਈਮ ਹੋਣੀਆਂ ਠੀਕ ਹੈ ਕੱਖਾਂ ਵਾਸਤੇ ਵੀ ਕੀਤੀ ਹੋਈ ਹੈ ਤੇ ਵੈਸੇ ਉੱਲੀ ਵਾਲੀ ਉੱਲੀ ਰੋਗ ਉੱਲੀ ਰੋਗ ਵਾਲੀ ਵੀ ਜਿਹੜਾ ਥੱਲੇ ਪਾ ਦਿੰਦੇ ਆ ਅੱਛਾ ਠੀਕ ਹੈ ਸੋ ਤਕਰੀਬਨ ਯਾਨੀ ਕਿ ਪੌ ਇੱਕ ਨੰਬਰ ਹੈਗੀ ਠੀਕ ਹੈ ਖੱਟੀ ਵਾਲੀ ਆ ਯਾਨੀ ਕਿ ਮੱਝਦੀ ਨਹੀਂ ਹੈਗੀ ਦੋਸਤੋ ਅਤੇ ਤੁਹਾਨੂੰ ਹੋਰ ਕਿਸਾਨ ਵੀਰਾਂ ਦੇ ਵੀ ਨੰਬਰ ਲੈ ਕੇ ਦਿੰਦੇ ਹਾਂਗੇ ਆਪਾਂ ਅੱਗੇ ਚੱਲਦੇ ਹਾਂਗੇ ਰੋਡ 'ਤੇ ਅਤੇ ਜਿੰਨੇ ਕੁ ਪੌਦ ਬੀਜਦੇ ਨੇ ਤਕਰੀਬਨ ਆਪਾਂ ਉਹਨਾਂ ਨਾਲ ਸੰਪਰਕ ਕਰਾਂਗੇ ਕਿਉਂਕਿ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੀ ਮਤਲਬ 4-5 ਕਿਸਾਨਾਂ ਦੇ ਨੰਬਰ ਮਿਲ ਜਾਣਾ ਤਾਂ ਵਧੀਆ ਗੱਲ ਹੈ ਸੋ ਤੁਹਾਨੂੰ ਇੱਕ ਵਾਰ ਇੱਕ ਪੌਦ ਦਾ ਜਿਹੜਾ ਵੀਡੀਓ ਦੇ ਵਿੱਚ ਦਿਖਾ ਦਿੰਦੇ ਵੀ ਕਿੱਦਾਂ ਦੀ ਪੌਦ ਹੈ ਸਕਰੀਨ ਦੇ ਉੱਪਰ ਚੱਲ ਰਹੀ ਹੈ ਵੀਡੀਓ ਉਹ ਦੇਖ ਸਕਦੇ ਹੋ ਠੀਕ ਹੈ ਸੋ ਵੀਰੋ ਤੁਹਾਨੂੰ ਤੀਜੇ ਕਿਸਾਨ ਨਾਲ ਮਿਲਾਉਣੇ ਹੈਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਸਿੰਧਾ ਬਾਈ ਸਿੰਧਾ ਕਿੰਨੇ ਥਾਂ ਦੇ ਵਿੱਚ ਪਨੀਰੀ ਹੈ ਜਿਹੜੀ ਲੱਗੀ ਵੀ ਹੈ ਕਿੱਲਾ ਬਾਈ ਕਿੱਲਾ ਕਿਹੜੀ ਕਿਹੜੀ ਪਨੀਰੀ ਹੈ 1509 ਅਤੇ ਬਾਈ 2670 220 ਨੇ ਹਾਂ ਬਾਈ ਠੀਕ ਹੈ ਕਿੰਨੀ ਉਮਰ ਦੇ ਨੇਗੇ ਇਹ ਹੈਗੇ ਨੇ ਬਾਈ 21-22 ਦਿਨਾਂ ਦੀ ਹੈ 21-22 ਦਿਨਾਂ ਦੀ ਤੁਹਾਡਾ ਮਤਲਬ ਇੱਥੇ ਕੀ ਨਾਮ ਰੱਖਿਆ ਹੋਇਆ ਹੈਗਾ ਕੀ ਕਹਿ ਕੇ ਆਉਣ ਤੁਹਾਡੀ ਜੇ ਬਹੁਤ ਭੇਜਣੀ ਸਿੰਧਾ ਸਿੰਧਾ ਸਿੰਧੇ ਹੀ ਬਾਈ ਸਿੰਧੇ ਨਾਮ ਦੀ ਹੈ ਸਿੰਧੇ ਨਾਮ 'ਤੇ ਪੋਲੂ ਕਾ ਸਿੰਧਾ ਓਕੇ ਬਾਈ ਬਾਕੀ ਮੇਨ ਰੋਡ ਦੇ ਉੱਪਰ ਹੀ ਹੈ ਹਾਂ ਹਾਂ ਕੰਟੈਕਟ ਨੰਬਰ 9886-48601 ਠੀਕ ਹੈ ਸੋ ਦੋਸਤੋ ਪਨੀਰੀ ਆ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਰਹੀ ਹੈ ਵੀ ਇਹਨਾਂ ਕੋਲ ਬਾਈਆਂ ਕੋਲ ਕਿਸ ਤਰ੍ਹਾਂ ਦੀ ਪਨੀਰੀ ਹੈ ਇਹ ਕੰਟੈਕਟ ਨੰਬਰ ਆ ਜਿਹੜਾ ਆਪਣੇ ਬੋਲਤਾ ਸੋ ਇਹ ਤੀਜਾ ਕਿਸਾਨ ਸੀਗਾ ਸੋ ਅੱਗੇ ਆਪਾਂ ਦੇਖਦੇ ਹਾਂ ਵੀ ਹੋਰ ਕਿੰਨੇ ਕੁ ਵੀਰਾਂ ਨੇ ਬੀਜੀ ਵੀ ਹੈ ਸੋ ਚੌਥਾ ਕਿਸਾਨ ਵਾਲਾ ਤੁਹਾਨੂੰ ਮਿਲਾਉਣੇ ਹੈਗੇ ਬਾਈ ਜੀ ਕੀ ਨਾਮ ਆ ਤੁਹਾਡਾ ਬੱਕਰ ਸਿੰਘ ਕਿਹੜੀ ਕਿਹੜੀ ਪੌਦ ਤਿਆਰ ਹੈ ਪੌਦਾ ਆਪਣੇ ਲਵੇ 126 ਅਤੇ 1509 ਕਿੰਨੇ ਦਿਨਾਂ ਦੀ ਹੋ ਗਈ ਇਹ ਲਗਭਗ ਹੋ ਗਈ ਮਤਲਬ 18-20 ਅਤੇ ਇਹ ਤੋਂ ਥੱਲੇ ਥੱਲੇ ਇੱਕੇ ਦਿਨ ਹੀ ਬੀਜੀ ਪਈ ਸਾਰੀ ਕੋਈ ਵੱਡੀ ਛੋਟੀ ਹੈ ਵੱਡੀ ਛੋਟੀ ਠੀਕ ਹੈ ਇਹ ਤੋਂ ਛੋਟੀ ਵੀ ਮਿਲ ਜੂਗੀ ਛੋਟੀ ਵੀ ਮਿਲ ਜੂ ਅਤੇ ਮਤਲਬ ਜੇ ਹੁਣ ਕਿਸੇ ਨੇ ਲਾਉਣੀ ਹੋਵੇ ਉਹ ਵੀ ਮਿਲ ਤਿਆਰ ਵੀ ਮਿਲ ਜੂ ਠੀਕ ਹੈ ਕਾਹਦੇ ਕੀ ਪਾਇਆ ਇਹਦੇ ਵਿੱਚ ਕੀ ਕਾਹਦੇ ਕਾਹਦੇ ਨਾਲ ਤਿਆਰ ਕੀਤੀ ਹੈ ਇਹ ਤਾਂ ਆਪਣਾ ਬਿਜਾਈ ਵੇਲੇ ਡਾਈ ਬਣੀ ਆ ਜੀ ਉਦੋਂ ਮਾਰੋ ਇੱਕ ਸਿੱਟਾ ਜੀਰੀ ਦਾ ਲੱਗਿਆ ਸੀ
ਕੋਈ ਇਹਨੂੰ ਸੋਧਣ ਖਾਤਰ ਦਵਾਈ? ਸੋਧਣ ਖਾਤਰ ਦਵਾਈ ਤਾਂ ਆਪਾਂ ਪੌੜੀ ਪਾਉਣੇ ਕੱਖਾਂ ਵਾਲੀ, ਠੀਕ ਹੈ, ਅਤੇ ਉਦੋਂ ਬਾਅਦ ਆਪਣੇ ਮਰੀਜ਼ ਵਾਸਤੇ ਜਿਹੜੀ ਪੈਂਦੀ ਹੈ, ਠੀਕ ਹੈ, ਉਹ ਪਾਉਣੇ, ਠੀਕ ਹੈ ਜੀ। ਉੱਤੇ ਕੋਈ ਉੱਲੀ ਵਾਲੀ ਸਪਰੇ? ਉੱਲੀ ਵਾਲੀ ਕਰੀ ਵੀ, ਠੀਕ ਹੈ। ਕਿੰਨੀ ਜ਼ਮੀਨ ਦੇ ਵਿੱਚ ਜਿਹੜੀ ਪੌਦਾ? ਇਹ ਪੌਦਾ ਕੀ ਆਪਣੇ ਲਵੇ 2 ਏਕੜ 'ਚ। 2 ਏਕੜ ਦੇ ਵਿੱਚ, ਠੀਕ ਹੈ। ਕੰਟੈਕਟ ਨੰਬਰ? 9765-7252। ਠੀਕ ਹੈ ਜੀ। ਆਪਾਂ ਮਤਲਬ ਜਮ੍ਹਾਂ ਲਾਸਟ ਕਰੀਏ ਗੱਲ, ਕਿੰਨੇ ਟਾਈਮ ਤੱਕ ਮਿਲ ਜੂਗੀ? ਇਹ ਮਿਲ ਜੂਗੀ ਆਪਣਾ ਸਾਉਣ ਦੇ ਲਾਸਟ ਤੱਕ। ਸਾਉਣ ਦੇ ਲਾਸਟ ਤੱਕ, ਹਾਂਜੀ, ਠੀਕ ਹੈ। ਜਿਹੜਾ ਹੁਣ ਦਾ ਬਾਜ਼ਾਰ ਹੈ ਜੀ, ਉਹ ਮੈਨੂੰ ਅਜੇ 5-4 ਦਿਨ ਹੀ ਹੋਏ ਨੇ ਜੀ। ਜੀ ਜੀ, ਠੀਕ ਹੈ ਜੀ। ਓਕੇ, ਕਿਸਾਨ ਵੀਰੋ, ਇਹ ਆ 5ਵਾਂ ਕਿਸਾਨ ਬਾਈ। ਸਤਿ ਸ਼੍ਰੀ ਅਕਾਲ। ਕੀ ਨਾਮ ਆ ਜੀ? ਲਾਭ ਸਿੰਘ। ਕਿਹੜੀ ਕਿਹੜੀ ਪਨੀਰੀ ਤਿਆਰ ਹੈ? 11-21-1500। ਕਿੰਨੇ ਏਕੜ ਦੇ ਵਿੱਚ ਹੈ? 26 1129। ਕਿੰਨੇ ਏਕੜ ਲੱਗੀ ਵੀ ਹੈ? 3 ਏਕੜ। ਠੀਕ ਹੈ। ਕਿੰਨੀ ਉਮਰ ਦੀ ਹੈ? ਉਮਰ ਤਾਂ ਹਜੇ 20 ਦਿਨ ਦੀ। 20 ਦਿਨ ਦੀ? ਸਾਰੀ ਇੱਕ ਬੱਤ ਦੀ ਹੈ ਕਿ ਛੋਟੀ ਵੱਡੀ ਹੈ? ਛੋਟੀ ਵੱਡੀ ਹੈ, 2 ਬੱਤ। ਠੀਕ ਹੈ। ਲਾਸਟ ਕਿੰਨੀ ਤਰੀਕ ਤੱਕ ਮਿਲ ਜੂਗੀ? ਲਾਸਟ ਤੁਸੀਂ ਮੰਨ ਕੇ ਚੱਲੋ ਸਾਉਣ ਦੇ ਮਹੀਨੇ ਤੱਕ ਮਿਲ ਜੂਗੀ? ਮਿਲ ਜੂ, ਮਿਲ ਜੂ। ਠੀਕ ਹੈ। ਕੋਈ ਰੇਟ? ਰੇਟ ਦਾ ਮੌਕਾ ਦੇਖਾਂਗੇ ਜੀ। ਕੰਟੈਕਟ ਨੰਬਰ? 9417-9972। ਠੀਕ ਹੈ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੌਦਾ ਬੀਜਦਿਆਂ ਨੂੰ? ਪੌਦਾ ਲਾਉਂਦੇ ਤਾਂ ਹੋ ਗਏ ਹੋਣਗੇ 30 ਸਾਲ। ਠੀਕ ਹੈ। ਮਤਲਬ ਬੀਜਣ ਤੋਂ ਪਹਿਲਾਂ ਸੋਧ ਕੀਤੀ ਹੈਗੀ ਇਹਦੀ? ਉਹਦਾ ਦਵਾਈ ਵਗੈਰਾ ਕਰਦੇ ਹਾਂ ਸਾਰੀ, ਡੰਡਾ ਵਗੈਰਾ। ਮਤਲਬ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਬਾਅਦ ਦੇ ਵਿੱਚ ਤੁਸੀਂ ਉੱਲੀ ਨਾਸ਼ਕ ਵਾਲੀ ਨਾ ਮਤਲਬ ਸੋਧੀ ਹੋਵੇ? ਨਾ ਨਾ, ਕੋਈ ਨਹੀਂ ਆਉਂਦੀ। ਮਤਲਬ ਉੱਤੇ ਸਪਰੇ ਕੀਤੀ ਉੱਲੀ ਨਾਸ਼ਕ ਵਾਲੀ? ਕਰਦੇ ਹਾਂ। ਰੇਹ ਵਗੈਰਾ ਕਿੰਨਾ ਕੁ ਪਾਇਆ? ਰੇਹ ਤਾਂ ਟਮਾਟਰ ਵਾਲਾ ਵਾਹਣ ਵਾਲਾ, ਲੋੜ ਨਹੀਂ ਪੈਂਦੀ। ਲੋੜ ਨਹੀਂ ਪੈਂਦੀ, ਕੱਚੀ ਬਹੁਤ ਹੈ। ਠੀਕ ਹੈ। ਇਹ ਕਿਹੜੀ ਪਨੀਰੀ ਹੈ? ਇਹ 1509 ਹੈ। ਮਤਲਬ ਕੱਖਾਂ ਵਾਸਤੇ ਵੀ ਤੁਹਾਡੀ ਸਪਰੇ ਕੀਤੀ ਹੋਈ ਹੈ, ਵੀ ਕੱਖ ਵੀ ਨਹੀਂ ਮਿਲਦੀ ਇਹਦੇ ਵਿੱਚ? ਕੱਖ ਨਹੀਂ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਲਾਉਂਦੇ ਹਾਂ ਬਾਈ ਜੀ। ਕੀ ਨਾਮ ਆ ਤੁਹਾਡਾ? ਕੁਲਦੀਪ ਸਿੰਘ ਨਾਮ ਹੈ ਜੀ। ਕਿਹੜੀ ਕਿਹੜੀ ਪੌਦਾ ਜਿਹੜੀ ਤਿਆਰ ਹੈ? ਵੀਰੇ ਆਪਣੇ ਲਈ 1509, 126 ਅਤੇ 11-21 ਤਕਰੀਬਨ ਤਿਆਰ ਹੋ ਜੂਗੀ। ਤਿਆਰ ਹੋ ਜੂਗੀ। ਕਿੰਨੀ ਕਿੰਨੀ ਉਮਰ ਦੀ ਹੈ ਇਹ ਵੀਰੇ? ਅੱਜ ਤੋਂ ਮੈਂ 26-27 ਦਿਨਾਂ ਦੇ ਲਗਭਗ। 26-27 ਦਿਨਾਂ? ਇੱਕ ਬੱਤ ਦੀ ਬੀਜੀ ਵੀ ਹੈ ਸਾਰੀ? ਇੱਕ ਬੱਤ। ਠੀਕ ਹੈ। ਅਤੇ ਕੰਟੈਕਟ ਨੰਬਰ ਤੁਹਾਡਾ ਕਿੰਨਾ? ਕੰਟੈਕਟ ਨੰਬਰ ਹੈਗਾ 9462-5530-3। ਠੀਕ ਹੈ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਹੁਤ ਤਿਆਰ ਕਰਦੇ ਨੂੰ? ਬਹੁਤ ਤਿਆਰ ਕਰਦੇ ਵੀਰੇ, ਹੋ ਗਏ 6-7 ਸਾਲ। ਠੀਕ ਹੈ। ਇਹਦੀ ਸੋਧ ਕਰਕੇ ਬੀਜ ਦਿਓ ਪੂਰੀ ਤਰ੍ਹਾਂ? ਬਿਲਕੁਲ, ਆਪਦਾ ਬੀਜ ਝਾੜ ਕੇ ਬੀਜ ਦਿਓ ਵੀਰੇ। ਅਸੀਂ ਆਪਦਾ ਬੀਜ ਤਿਆਰ ਕਰਦੇ? ਹਾਂ, ਆਪਦਾ ਬੀਜ ਤਿਆਰ ਕਰਦੇ ਹਾਂ, ਅਤੇ ਕੁਛ ਲੋੜ ਪੈਂਦੀ ਹੈ ਤਾਂ ਫਾਰਮ ਤੋਂ ਵੀ ਲੈਂਦੇ ਹਾਂ ਕਿ ਬਾਹਰੋਂ ਬੀਜ ਲੈ। ਠੀਕ ਹੈ। ਕੀ ਨਾਮ ਨਾਲ ਜਾਣਦੇ ਹੋ ਤੁਹਾਨੂੰ ਕਿਸਾਨ? ਕਿਸਾਨ ਜੀ ਮੇਰਾ ਨਾਮ ਕੁਲਦੀਪ ਦੇ ਨਾਮ ਨਾਲ ਹੀ ਜਾਣਦੇ ਨੇ। ਠੀਕ ਹੈ। ਮਤਲਬ ਕੋਈ ਵੱਜਦੇ ਹੋਣਗੇ ਫਲਾਨਿਆਂ ਦਾ? ਹਾਂ, ਇਹ ਤਾਂ ਜੀ ਵੱਜਦਾ, ਸਾਡਾ ਟਾਰੀ ਵਾਲਿਆਂ ਦਾ ਲਾਉਣਾ ਵੱਜਦਾ ਜੀ। ਠੀਕ ਹੈ, ਠੀਕ ਹੈ ਜੀ। ਸੋ ਕੰਟੈਕਟ ਨੰਬਰ? ਕੰਟੈਕਟ ਨੰਬਰ ਬੜਾ ਦੁਬਾਰੇ ਬੋਲ ਦਿਓ। 9462-5530-3। ਅੱਛਾ ਵੀਰੇ, ਐਂ ਦੱਸੋ ਤੁਸੀਂ, ਮਤਲਬ ਇਹ ਰੋਡ ਦੇ ਉੱਪਰ ਜਿਹੜਾ ਲੌਂਗ ਵਾਲਾ ਰੋਡ ਹੈਗਾ, ਕਿੰਨੇ ਕੁ ਕਿਸਾਨ ਨੇ ਵੀ ਇਹ ਪੌਦੇ ਤਿਆਰ ਕਰਦੇ ਨੇ? ਬਹੁਤ ਤਾਂ ਵੀਰੇ, ਤਕਰੀਬਨ ਹੁਣ ਤਾਂ ਪਹਿਲਾਂ ਅਸੀਂ 5-7 ਘਰ ਸੀਗੇ, ਅਤੇ ਹੁਣ ਤਾਂ ਹੈਗੇ 10-12 ਦੇ ਕਰੀਬ ਲੱਗ ਗਏ। ਮੈਨੂੰ ਲੱਗਦਾ 20-30 ਤਾਂ ਹੋਣਗੇ, ਹੈ ਨਾ? ਨਹੀਂ, ਐਂ ਤਾਂ ਕੁਛ ਵਿੱਚ ਥੋੜ੍ਹੇ ਆਪਦੇ ਜੋਗਰੀ ਲਾ ਕੇ ਜੋ ਬਚ ਜਾਂਦੇ ਉਹ ਦਿੰਦੇ ਨੇ, ਕਿਉਂ ਜਿਹੜਾ ਕੰਮ ਕਰ ਨੇ ਇਸ ਤਰ੍ਹਾਂ ਦਾ ਉਹ ਹੁਣ ਹੈਗੇ ਨੇ 15 ਦੇ ਲਗਭਗ। ਠੀਕ ਹੈ। ਸੋ ਕਿਸਾਨ ਵੀਰੋ, ਤੁਹਾਨੂੰ ਸੀ ਕਿਸਾਨ ਨੇ ਜਿਹੜੇ ਉਹਨਾਂ ਦੇ ਕੰਟੈਕਟ ਨੰਬਰ ਲੈ ਕੇ ਦਿੱਤੇ ਨੇਗੇ, ਅਤੇ ਇਹ ਤੋਂ ਇਲਾਵਾ ਮਤਲਬ 15 ਕਿਸਾਨ ਨੇ ਇੱਕ ਰੋਡ ਦੇ ਉੱਪਰ ਹੀ। ਐਂ ਦੱਸੋ ਵੀ ਲੋਕੇਸ਼ਨ ਰੋਡ ਕਿਹੜਾ ਵੱਜਦਾ ਹੈਗਾ? ਇਹ ਵੀਰੇ ਪਹਿਲਾਂ ਬਰਨਾਲਾ ਰੋਡ ਤੋਂ ਦੁਗਾਣਾ ਪਊਗਾ, ਫਿਰ ਦੁੱਗਾਂ ਤੋਂ ਇਹ ਕਾਲਜ ਰੋਡ ਵੱਜਦਾ ਹੈਗਾ, ਲੌਂਗੋਵਾਲ ਸਲੈਟ ਵਾਲਾ। ਠੀਕ ਹੈ ਜੀ। ਮਤਲਬ ਬਾਕੀ ਫੋਨ 'ਤੇ ਵੀ ਕੰਟੈਕਟ ਹੋ ਜੂਗਾ? ਹਾਂ, ਫੋਨ 'ਤੇ ਵੀ ਕਨੈਕਟ ਹੋ ਸਕਦਾ। ਊਂ ਇਹ ਕਾਲਜ ਰੋਡ ਵੱਜਦਾ ਹੈਗਾ ਜ਼ਿਆਦਾ। ਠੀਕ ਹੈ। ਜਦੋਂ ਦੁੱਗਾ ਕਿੰਨੀ ਸਾਈਡ ਕਿੰਨੀ ਹੋਊਗਾ? ਸੰਤ ਲੌਂਗੋਵਾਲ ਇੰਸਟੀਚਿਊਟ ਕਾਲਜ ਆ, ਉਹ ਰੋਡ ਵੱਜਦਾ ਹੈ। ਠੀਕ ਹੈ ਜੀ। ਸੋ ਦੁੱਗਾ ਜ਼ਿਲ੍ਹਾ ਸੰਗਰੂਰ ਅਤੇ ਨੇੜੇ ਲੌਂਗੋਵਾਲ ਰਹਿ ਜਾਂਦਾ ਜੀ? ਠੀਕ ਹੈ। ਸੋ ਸੇ ਕਿਸਾਨਾਂ ਦਾ ਆਪਾਂ ਕੰਟੈਕਟ ਨੰਬਰ ਬੋਲਤਾ, ਬਾਕੀ ਤਕਰੀਬਨ ਲਗਭਗ 15 ਕਿਸਾਨ ਨੇ ਜਿਹੜੇ ਹੋਰ ਪਨੀਰੀ ਨੂੰ ਤਿਆਰ ਕਰਕੇ ਵੇਚਦੇ ਨੇਗੇ। ਸੋ ਜਦੋਂ ਤੁਸੀਂ ਇੱਥੇ ਪਹੁੰਚ ਗਏ, ਲਗਭਗ ਤੁਹਾਨੂੰ ਪਨੀਰੀ ਜਿਹੜੀ ਉਹ ਮਿਲ ਹੀ ਜਾਊਗੀ। ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ, ਤਾਂ ਕਿ ਕਿਸੇ ਗਰੀਬ ਕਿਸਾਨ ਦਾ ਹੈ ਨਾ ਭਲਾ ਹੋ ਜੂਗਾ, ਕਿਉਂਕਿ ਜ਼ਿਆਦਾ ਬਾਈ ਮੀਂਹ ਬਹੁਤ ਜ਼ਿਆਦਾ ਪੈ ਗਿਆ ਹੈ ਨਾ। ਉਹਨਾਂ ਵਾਸਤੇ ਆਪਣੇ ਲਵੇ ਸਾਥੀ ਗਵਾਂਢੀ ਨੇ, ਉਹਨਾਂ ਨੇ ਵੀ ਹੋਰ ਬਹੁਤ ਪਨੀਰੀ ਬੀਜ ਰੱਖੇ, ਲੇਟ ਤੱਕ ਜਾਂਦੇ ਆ, ਮੰਨ ਕੇ ਚੱਲੋ ਵੀ 14-14 ਭਾਦੋਂ ਦੇ ਕਰੀਬ 1 ਭਾਦੋਂ ਤੱਕ ਪਨੀਰੀ ਮਿਲੀ ਜਾਊਗੀ। ਮਿਲੀ ਜਾਊਗੀ, ਹਜੇ 20 ਦਿਨਾਂ ਤੱਕ ਔਰ ਪਨੀਰੀ ਮਿਲੀ ਜਾਊਗੀ। ਠੀਕ ਹੈ, ਠੀਕ ਹੈ। ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਪੇਜ ਨੂੰ ਫੋਲੋ ਕਰ ਲਿਓ ਅਤੇ ਯੂਟਿਊਬ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਸੋ ਧੰਨਵਾਦ ਜੀ।